ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਫਿਰ ਮੈਂ ਇੱਕ ਜੋਬਸ ਰਿਲੇਟਿਡ ਨਵੀਂ ਵੀਡੀਓ ਪੰਜਾਬੀ ਵਿੱਚ ਲੈ ਕੇ ਆਇਆ ਹਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਵੇਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਕਲਿੱਕ ਕਰੋ ਤਾਂ ਜੋ ਮੇਰੀ ਹਰ ਵੀਡੀਓ ਦੀ ਜਾਣਕਾਰੀ ਤੁਹਾਡੇ ਮੋਬਾਈਲ 'ਤੇ ਮਿਲਦੀ ਰਹੇ। ਅਤੇ ਮੇਰੀ ਜੋਬ ਵੈਬਸਾਈਟ www.punjabjobfind.com 'ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ, ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ। ਇਸ ਵੈਬਸਾਈਟ 'ਤੇ ਤੁਹਾਨੂੰ ਹਰ ਰੋਜ਼ ਪੰਜਾਬ ਸਟੇਟ ਅਤੇ ਸੈਂਟਰ ਸਰਕਾਰ ਦੀਆਂ ਨਵੀਆਂ ਨੌਕਰੀਆਂ ਦੀ ਜਾਣਕਾਰੀ ਮਿਲੇਗੀ। ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਭ ਨੂੰ, ਮੈਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਲੈ ਕੇ, ਜੋ ਕਿ ਸਟੇਟ ਬੈਂਕ ਆਫ ਇੰਡੀਆ ਵਿੱਚ ਕਲਰਕਾਂ ਦੀ ਭਰਤੀ, ਆਲ ਓਵਰ ਇੰਡੀਆ ਕਲਰਕਾਂ ਦੀ ਭਰਤੀ, ਬੰਪਰ ਭਰਤੀ ਆਈ ਹੈ ਜੀ। ਟੋਟਲ ਪੋਸਟਾਂ 8000 ਪਲੱਸ ਪੋਸਟਾਂ ਨੇ। ਪੂਰੀ ਡਿਟੇਲ ਵਿੱਚ ਗੱਲ ਕਰਦੇ ਹਾਂ। ਸਟੇਟ ਬੈਂਕ ਆਫ ਇੰਡੀਆ ਕਲਰਕ ਦੇ ਔਨਲਾਈਨ ਫੋਰਮ ਆਏ ਜੀ। ਇਸ ਦੀ ਸਟਾਰਟਿੰਗ ਡੇਟ ਹੈ ਜੋ ਉਹ ਹੈਗੀ ਆ ਜੀ 3 ਜਨਵਰੀ 2020। ਫਾਰਮ ਭਰਨ ਦੀ ਲਾਸਟ ਤਰੀਕ ਹੈ ਜੋ ਉਹ ਹੈਗੀ ਆ ਜੀ 26 ਜਨਵਰੀ 2020 ਤੱਕ ਆਪਾਂ ਫਾਰਮ ਭਰ ਸਕਦੇ ਹਾਂ ਜੀ, ਔਨਲਾਈਨ ਫਾਰਮ ਭਰ ਸਕਦੇ ਹਾਂ ਆਪਾਂ। ਇਸ ਦੀ ਫੀਸ ਹੈ ਜੋ ਪੇਮੈਂਟ ਹੈ ਸਰਕਾਰੀ ਫੀਸ, ਉਹ 26 ਜਨਵਰੀ 2020 ਤੀਕਰ ਆਪਾਂ ਜਮ੍ਹਾਂ ਕਰਵਾ ਸਕਦੇ ਹਾਂ। ਐਡਮਿਟ ਕਾਰਡ 11 ਫਰਵਰੀ 2020 ਨੂੰ ਅਵੇਲੇਬਲ ਹੋ ਜਾਏਗਾ। ਐਗਜ਼ਾਮ ਡੇਟ ਹੈ, ਐਗਜ਼ਾਮ ਹੋਏਗਾ ਜੀ 2 ਫਰਵਰੀ 2020 ਦੇ ਵਿੱਚ ਹੋਏਗਾ, ਜੋ ਇਸਦਾ ਮੇਨ ਐਗਜ਼ਾਮ ਹੈ 19 ਫਰਵਰੀ ਤੱਕ ਹੋਏਗਾ। ਉਸ ਤੋਂ ਇਲਾਵਾ ਜੋ ਇਸਦੀ ਫੀਸ ਹੈ ਜੀ, ਜਰਨਲ OBC EWS ਕੈਂਡੀਡੇਟ ਨੇ ਜੋ, ਉਹਨਾਂ ਲਈ 750 ਰੁਪਈਆ ਫੀਸ ਹੋਏਗੀ। SC ST ਫਿਜ਼ੀਕਲ ਹੈਂਡੀਕੈਪ ਜੋ ਕੈਂਡੀਡੇਟ ਨੇ, ਉਹਨਾਂ ਲਈ ਕੋਈ ਫੀਸ ਨਹੀਂ ਹੈ। ਉਸ ਤੋਂ ਇਲਾਵਾ ਇਹ ਜਿਹੜੀ ਫੀਸ ਹੈ, ਤੁਸੀਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਈ ਚਲਾਨ ਰਾਹੀਂ ਡਿਪੋਜ਼ਿਟ ਕਰ ਸਕਦੇ ਹੋ। ਉਸ ਤੋਂ ਇਲਾਵਾ ਅੱਗੇ ਚੱਲਦੇ ਹਾਂ। ਹਾਂਜੀ, ਜੋਬ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਲ ਓਵਰ ਇੰਡੀਆ ਦੀਆਂ ਪੋਸਟਾਂ ਨੇ, ਜਿਸ ਵਿੱਚ ਪੰਜਾਬ ਦੀਆਂ ਵੀ ਤਕਰੀਬਨ 150 ਦੇ ਕਰੀਬ ਪੋਸਟਾਂ ਨੇ। ਇਲਾਵਾ ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਮਿਨੀਮਮ 20 ਸਾਲ ਹੈ, ਮੈਕਸੀਮਮ 28 ਸਾਲ ਹੈ ਜੀ। 20 ਤੋਂ 28 ਸਾਲ ਤੱਕ ਦੇ ਕੈਂਡੀਡੇਟ ਇਹ ਪੋਸਟ ਭਰ ਸਕਦੇ ਨੇ। ਉਸ ਤੋਂ ਇਲਾਵਾ ਜੇ ਏਜ ਛੂਟ ਦੀ ਗੱਲ ਕਰੀਏ ਤਾਂ SC ST 5 ਸਾਲ ਦੀ ਛੂਟ ਹੈ, OBC ਨੂੰ 3 ਸਾਲ ਦੀ ਛੂਟ ਹੈ। ਅੱਗੇ ਵੱਧਦੇ ਹਾਂ। ਟੋਟਲ ਪੋਸਟਾਂ ਨੇ ਜੀ 8134 ਪੋਸਟਾਂ ਨੇ ਜੀ, 8134 ਪੋਸਟਾਂ ਨੇ, ਜਿਨ੍ਹਾਂ ਵਿੱਚੋਂ ਜਿਹੜੀਆਂ ਜੂਨੀਅਰ ਅਸੈਸ਼ੀਏਟਸ ਦੀਆਂ ਰੈਗੂਲਰ ਪੋਸਟ ਨੇ ਉਹ 8000 ਪੋਸਟਾਂ ਨੇ, ਜਿਹਦੇ ਵਿੱਚ ਜਰਨਲ ਦੀਆਂ 3447 ਪੋਸਟਾਂ ਨੇ, OBC ਦੀਆਂ 1803 ਪੋਸਟਾਂ ਨੇ, EWS 790 ਪੋਸਟਾਂ ਨੇ, SC ਕੈਟਾਗਰੀ ਵਾਲਿਆਂ ਵਾਸਤੇ 1214 ਪੋਸਟਾਂ ਨੇ, ST 746 ਪੋਸਟਾਂ ਨੇ। ਉਸ ਤੋਂ ਹਾਂਜੀ, ਇਸ ਤੋਂ ਇਲਾਵਾ ਆਪਾਂ ਜੇ ਜੂਨੀਅਰ ਐਸ਼ੀਏਟਸ ਦੀਆਂ ਬੈਕਲੋਗ ਪੋਸਟਾਂ ਦੇਖਦੇ ਹਾਂ, 134 ਪੋਸਟਾਂ, ਜਿਸ ਵਿੱਚ OBC ਦੀਆਂ 4 ਪੋਸਟਾਂ ਨੇ, SC ਦੀਆਂ 130 ਪੋਸਟਾਂ ਨੇ। ਵੀ ਕੈਂਡੀਡੇਟ ਪੋਸਟ ਭਰੇਗਾ, ਉਹ ਓਫੀਸ਼ੀਅਲ ਨੋਟੀਫਿਕੇਸ਼ਨ ਇੱਕ ਵਾਰੀ ਜ਼ਰੂਰ ਦੇਖ ਲੈਣ, ਪੂਰੀਆਂ ਪੋਸਟਾਂ ਕੈਟਾਗਰੀ ਵਾਈਜ਼ ਦੱਸੀਆਂ, ਉਸ ਵਿੱਚ ਪੂਰੀ ਆਪਣਾ ਦੇਖ ਲੈਣ ਭਰਨ ਲੱਗਿਆਂ। ਉਸ ਤੋਂ ਬਾਅਦ ਜੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ, ਕਿਸੇ ਵੀ ਸਟਰੀਮ ਤੋਂ ਗ੍ਰੈਜੂਏਸ਼ਨ ਹੋਵੇ, ਕਿਸੇ ਵੀ ਇੰਸਟੀਟਿਊਟ ਯੂਨੀਵਰਸਿਟੀ ਤੋਂ ਕੀਤੀ ਹੋਏ, ਗ੍ਰੈਜੂਏਸ਼ਨ ਕਲੀਅਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਪੇ ਸਕੇਲ ਦੀ ਗੱਲ ਕਰੀਏ ਤਾਂ 13705 ਬੇਸਿਕ ਪੇ ਮਿਲੇਗੀ। ਐਪਲੀਕੇਸ਼ਨ ਜਦੋਂ ਆਪਾਂ ਫਾਰਮ ਭਰਨਾ ਹੈ, ਉਸ ਲਈ ਫਾਰਮ ਭਰਨ ਲੱਗਿਆਂ ਜੋ ਆਪਾਂ ਡਾਕੂਮੈਂਟ ਚਾਹੀਦੇ ਹੋਣਗੇ, ਫੋਟੋ ਸਾਈਨ ਹੋ ਗਏ, ਉਸ ਤੋਂ ਇਲਾਵਾ ਜੋ ਵੀ ਆਪਣੇ ਸਰਟੀਫਿਕੇਟ ਹੈ ਉਹ ਚਾਹੀਦੇ ਹੋਣਗੇ। ਮੋਡ ਆਫ ਸਿਲੈਕਸ਼ਨ ਜੋ ਹੈ, ਆਪਣੀ ਸਿਲੈਕਸ਼ਨ ਹੋਏਗੀ, 2 ਐਗਜ਼ਾਮ ਹੋਣਗੇ, ਉਸ ਤੋਂ ਬਾਅਦ ਆਪਣੀ ਸਿਲੈਕਸ਼ਨ ਹੋਏਗੀ। ਉਸ ਤੋਂ ਇਲਾਵਾ ਸਾਡੀ ਅਫੀਸ਼ੀਅਲ ਵੈਬਸਾਈਟ www.punjabjobfind.com ਤੋਂ ਤੁਸੀਂ ਜਾ ਕੇ ਅਫੀਸ਼ੀਅਲ ਪੂਰੀ ਨੋਟੀਫਿਕੇਸ਼ਨ ਵੇਖ ਸਕਦੇ ਹੋ, ਅਫੀਸ਼ੀਅਲ ਵੈਬਸਾਈਟ 'ਤੇ ਵੀ ਨੋਟੀਫਿਕੇਸ਼ਨ ਵੇਖ ਸਕਦੇ ਹੋ। ਧੰਨਵਾਦ ਜੀ।